ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਕੀ ਹਾਲ ਨੇ ਸਾਰਿਆਂ ਦਾ? ਅਲਹਮਦੁਲਿਲਾ, ਅਸੀਂ ਬਿਲਕੁਲ ਠੀਕ ਠਾਕ। ਸਾਡੇ ਸਭ ਦੁਆ ਕਿ ਸਾਡੇ ਦੇਖਣ 'ਚ ਰਹਿਣ, ਖੁਸ਼ ਰਹਿਣ, ਬਾਦ ਰਹਿਣ, ਸ਼ਾਂਤ ਦੇ ਵਸਦੇ ਰਹਿਣ। ਅੱਲਾਹ ਪਾਕ ਸਭ ਨੂੰ ਸਲਾਮਤ ਰੱਖੇ, ਆਮੀਨ ਸੁਮਾ ਆਮੀਨ। ਇਸ ਨੇਕ ਦੁਆ ਨਾਲ ਅੱਜ ਦੇ ਵਲੋਗ ਦਾ ਆਗਾਜ਼ ਕਰਨੇ ਹਾਂ। ਵਲੋਗ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜਿਹੀ ਗੁਜ਼ਾਰਿਸ਼, ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਔਰ ਬੈਲ ਆਈਕਨ ਪ੍ਰੈਸ ਕਰਕੇ ਆਲ ਤੱਕ ਕਰੋ, ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚਦੀ ਰਹੇ। ਅਤੇ ਚਲੋ ਜੀ, ਅੱਜ ਦਾ ਮਜ਼ੇਦਾਰ ਵਲੋਗ ਸ਼ੁਰੂ ਕਰਨੇ ਹਾਂ। ਸੁਬਹ ਤਕਰੀਬਨ ਸਾਰੇ ਮੁਕੰਮਲ ਨਹੀਂ ਕੱਢ ਪਾਏ, ਕਿਉਂਕਿ ਇਹਦੇ ਵਿੱਚ ਕੀੜੇ ਬਹੁਤ ਜ਼ਿਆਦਾ ਹੈਗੇ ਸੀ, ਔਰ ਦੂਸਰਾ ਕਿ ਔਰਾਂ ਪਰਾਂ ਵੀ ਕੰਮ ਸ਼ਾਮ ਨਿਕਲਦੇ ਰਹੇ, ਫਿਰ ਉਹ ਸਾਰੇ ਕੰਮ ਸ਼ਾਮ ਨਾਲ ਜਿਹੜੇ ਹੈਂਡਲ ਕਰਦੇ ਰਹੇ, ਇਸ ਕਰਕੇ ਜਿਹੜੀਆਂ ਮੁਕੰਮਲ ਨਹੀਂ ਕੱਢ ਪਾਏ। ਥੋੜ੍ਹੀ ਬਹੁਤ ਰਹਿ ਗਈਆਂ ਨੇ ਇੱਟਾਂ, ਅਤੇ ਇਹਨਾਂ ਨੂੰ ਹੁਣ ਸਾਫ਼ ਕਰਕੇ ਫਿਰ ਜਦੋਂ ਮਿਸਤਰੀ ਨਾਲ ਲਾਵਾਂਗੇ ਉਦੋਂ ਇਹਨੂੰ ਮੁਕੰਮਲ ਸਾਫ਼ ਕਰਕੇ ਅਤੇ ਜਿਹੜਾ ਨੂੰ ਮਿਸਤਰੀ ਨਾਲ ਹੀ ਲਾ ਲਵਾਂਗੇ। ਹੋਰ ਦੂਸਰਾ ਹੈ ਕਿ ਪਹਿਲੇ ਵਲੋਗ 'ਚ ਤਕਰੀਬਨ ਮੈਂ ਸਾਰੇ ਭੈਣ ਭਾਈਆਂ ਰਹਿ ਜਾਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਖਿਰ ਤੁਹਾਨੂੰ ਮਾਜਰੀ ਬੋਲੀ ਪਸੰਦ ਹੈ ਜਾਂ ਮੇਰੀ ਵੈਸੇ ਜਿਹੜੀ ਕਿ ਸਾਦਾ ਜੀ ਬੋਲੀ ਹੈਗੀ, ਅਤੇ ਸਾਰੇ ਭੈਣਾਂ ਭਾਈਆਂ ਨੇ ਇਹੀ ਕਿਹਾ ਕਿ ਸਾਦਾ ਬੋਲੀ ਜਿਹੜੀ ਹੈ ਨਾ ਉਹ ਬਿਹਤਰੀਨ ਹੈ ਔਰ ਉਹਦੇ ਵਿੱਚ ਵਲੋਗ ਵੇਖਣ ਦਾ ਜੀ ਮਜ਼ਾ ਹੁੰਦਾ। ਇਸ ਕਰਕੇ ਤੁਹਾਡੀ ਗੱਲ 'ਤੇ ਜੀ ਆਮੀਨ ਕਰਨੇ ਹਾਂ, ਅਤੇ ਇਨਸ਼ਾਅੱਲਾ ਤਾਲਾ ਜਿਹੜੀ ਬੋਲੀ ਹੈ ਸਾਡੀ ਉਹ ਹੀ ਰੱਖੀ ਰੱਖਣੇ। ਮੈਂ ਇਸ ਕਰਕੇ ਉਹ ਸ਼ੁਰੂ ਕੀਤੀ ਸੀ ਕਿ ਯੂਟਿਊਬ ਦੇ ਉੱਤੇ ਜਿਹੜੇ ਨਾ ਕਾਫੀ ਸਾਰੇ ਸਮਝੋ ਕਿ ਨਾ ਸਾਡੇ ਤਰ੍ਹਾਂ ਦੀਆਂ ਬੋਲੀਆਂ 'ਚ ਵਲੋਗ ਵਗੈਰਾ ਬਣ ਰਹੇ ਨੇ, ਲਿਆਦਾ ਪੰਜਾਬੀ ਜਿਹੜਾ ਨਾ ਉਹ ਘੱਟ ਵੱਧ ਹੈਗਾ, ਤਾਂ ਕਰਕੇ ਮੈਂ ਫਿਰ ਥੋੜ੍ਹੀ ਚੇਂਜ ਕੀਤੀ। ਲੇਕਿਨ ਜਿਹੜੇ ਮੇਰਾ ਭੈਣ ਭਾਈ ਸਾਡੀ ਸਾਦਗੀ ਨੂੰ ਪਸੰਦ ਕਰਦੇ ਨੇ, ਫਿਰ ਉਸ ਹਿਸਾਬ ਨਾਲ ਹੀ ਚੱਲਣਾ ਇਨਸ਼ਾਅੱਲਾ ਤਾਲਾ। ਅਤੇ ਹੁਣ ਚੱਲਦੇ ਹਾਂ ਜੀ ਸ਼ਹਿਰ, ਕਿਉਂਕਿ ਜਿਹੜਾ ਨਾ ਸਮਾਨ ਕੁਛ ਲੈ ਕੇ ਆਉਣਾ ਹੈਗਾ 12 ਰਬੀਉਲ ਅਵਲ ਦੇ ਸਿਲਸਿਲੇ 'ਚ ਲਾਈਟਿੰਗ ਵਗੈਰਾ ਕਰਨੀ ਹੈ, ਅਤੇ ਉਸ ਤੋਂ ਇਲਾਵਾ ਮੁਹੰਮਦ ਅਲੀ ਦੀ ਸਾਲਗਿਰਾ ਹੈਗੀ, ਠੀਕ ਆ ਨਾ, ਉਹ ਵੀ ਸੈਲੀਬ੍ਰੇਟ ਕਰਨੀ, ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਸੈਲੀਬ੍ਰੇਟ ਕਰਨੀਆਂ ਚਾਹੀਦੀਆਂ। ਔਰ ਤਕਰੀਬਨ ਮੁਹੰਮਦ ਅਲੀ ਨੂੰ 2 ਮਹੀਨੇ ਹੋ ਗਏ ਨੇ ਮੈਨੂੰ ਆਉਂਦੇ ਆਉਂਦੇ, ਪਾਪਾ ਮੇਰੀ ਸਾਲਗਿਰਾ ਕਦੋਂ ਆਵੇਗੀ ਕਦੋਂ ਆਵੇਗੀ, ਲਿਆਦਾ ਅੱਜ ਮੈਂ ਆਖਿਆ ਵੀ ਤੇਰੀ ਸਾਲਗਿਰਾ ਆ ਹੀ ਚੁੱਕੀ ਹੈ। ਤਕਰੀਬਨ ਅੱਜ ਮੁਹੰਮਦ ਅਲੀ 8 ਸਾਲ ਦਾ ਹੋ ਗਿਆ, 2016 ਤੋਂ ਲੈ ਕੇ 2024 ਆ ਗਿਆ, ਅਤੇ ਤਕਰੀਬਨ ਅੱਜ 9ਵੇਂ ਸਾਲ ਵਿੱਚ ਉਹਨੇ ਪੈ ਜਾਣਾ। ਕੋਈ 2-4 ਦਿਨ ਰਹਿੰਦੇ ਤਾਂ ਹੈਗੇ ਉਹਦੀ ਸਾਲਗਿਰਾ, ਲੇਕਿਨ ਇਹ ਮੈਂ ਸੋਚਿਆ ਕਿ ਮੈਂ ਫਿਰ ਉੱਧਰ ਚਲੇ ਜਾਣਾ, ਉੱਧਰੋਂ ਫਿਰ ਕੰਮ ਕਾਰ ਦੇ ਸਿਲਸਿਲੇ 'ਚ ਹੋ ਸਕਦਾ ਹੈ ਨਾ ਅੱਪੜ ਪਾਵਾਂ, ਇਸ ਕਰਕੇ 1-2 ਦਿਨਾਂ ਦਾ ਮੈਂ ਫਿਰ ਕੋਈ ਨਹੀਂ ਮਸਲਾ ਗਿਆ। ਚਲੋ ਬੱਚੇ ਦੀ ਖੁਸ਼ੀ ਹੈਗੀ ਇਸ ਵਿੱਚ, ਅਤੇ ਸਾਨੂੰ ਵੀ ਸੈਲੀਬ੍ਰੇਟ ਕਰਨੀ ਚਾਹੀਦੀ, ਤੁਸੀਂ ਵੀ ਸੈਲੀਬ੍ਰੇਟ ਕਰਿਆ ਔਰ ਮੁਬਾਰਕਬਾਦ ਵੀ ਦੇ ਛੱਡਿਆ ਜੇ ਹੋ ਸਕੇ ਤਾਂ, ਬੜੀ ਮਿਹਰਬਾਨੀ, ਸ਼ੁਕਰੀਆ ਜਜ਼ਾਕਲ। ਹਾਂਜੀ, ਅੱਜ ਹਾਂਜੀ ਹਾਂਜੀ, ਤੇ ਬੰਦੀ ਨੂੰ ਕੀ ਗਿਫਟ ਦੇ ਰਹੇ ਹੋ? ਕੋਈ ਸ਼ੈ ਵੀ ਨਹੀਂ ਦੇਣੀ ਹੈ, ਗਿਫਟ ਤਾਂ ਦੇਈਦਾ ਹੈ ਨਾ, ਸਾਲਗਿਰਾ ਤੇ ਗਿਫਟ ਹੁੰਦੇ ਨਹੀਂ ਹੈਗੇ। ਹਾਂ ਤੇ ਫਿਰ ਗਿਫਟ ਉਹਨੂੰ ਦਿਓ ਨਾ ਸਾਲਗਿਰਾ ਤੇ, ਹੈ ਦੱਸੋ, ਠੀਕ ਹੈ। ਅੱਛਾ, ਪਹਿਲੀ ਵੀਡੀਓ ਅੱਜ ਮੈਂ ਦੱਸ ਨਹੀਂ ਪਾਇਆ, ਅਤੇ ਭੈਣਾਂ ਭਾਈਆਂ ਕੋਲ ਰਾਏ ਵੀ ਨਹੀਂ ਲੈ ਸਕਿਆ, ਲਿਆਦਾ ਚਲੋ ਹੁਣ ਅਸੀਂ ਆਪਦੇ ਹਿਸਾਬ ਕਿਤਾਬ ਨਾਲ ਕੋਈ ਥੋੜ੍ਹਾ ਬਹੁਤਾ ਜਿਹੜਾ ਖਾਣ ਪਕਾਉਣ ਕਰ ਲੈਂਦੇ ਹਾਂ। ਮੇਰਾ ਦਿਲ ਹੈ ਕੋਈ ਚਾਵਲ ਲੈ ਆਉਂਦੇ ਹਾਂ, ਅਤੇ ਬਿਰਿਆਨੀ ਸ਼ਰਿਆਨੀ ਜਿਹੜੀ ਉਹਨੂੰ ਪਕਾ ਲੈਂਦੇ ਹਾਂ, ਇਹਦੇ ਨਾਲ ਚਲੋ ਸਾਰੇ ਘਰ ਦੇ ਜਿਹੜੇ ਨਾ ਮਤਲਬ ਖੁਸ਼ ਹੋ ਜਾਣਗੇ, ਬੱਚੇ ਵੀ ਖੁਸ਼ ਹੋ ਜਾਣਗੇ, ਰਾਜ਼ੀ ਹੋ ਜਾਣਗੇ, ਖਾਣ ਪੀਣ ਵੀ ਹੋ ਜਾਵੇਗਾ ਔਰ ਖੁਸ਼ੀ ਵੀ ਸੈਲੀਬ੍ਰੇਟ ਹੋ ਜਾਵੇਗੀ। ਲਾਈਟਾਂ ਦਾ ਐਡਾ ਵੱਡਾ ਥੈਲਾ ਅਸੀਂ ਕੱਢ ਕੇ ਰੱਖ ਲਿਆ, ਲੇਕਿਨ ਇਹਦੇ ਲਾਉਣ ਵਾਸਤੇ ਨਾ ਤਾਰਾਂ ਤੂਰਾਂ ਨਹੀਂ ਹੈਗੀਆਂ, ਇਸ ਕਰਕੇ ਥੋੜ੍ਹਾ ਜਿਹਾ ਸਮਾਨ ਮਿਸ ਹੈਗਾ, ਨਾਲੇ ਉਹ ਵੀ ਲੈ ਆਉਂਦੇ, ਅਤੇ ਮੈਂ ਆਖਿਰ ਨਾਲੇ ਬਾਕੀ ਸਮਾਨ ਜਿਹੜਾ ਨਾ ਹੈਪੀ ਬਰਥਡੇ ਵਾਲਾ ਵੀ ਲੈ ਕੇ ਆਉਂਦੇ ਹਾਂ। ਕੋਈ ਨਹੀਂ, ਸਲਾਹ ਤਾਂ ਕਹਿੰਦੇ ਆ ਝਾੜੀ ਤੂੰ ਲੈ ਲੈਣੀ ਚਾਹੀਦੀ, ਬਾਹਰ ਅੰਮੀ ਬੈਠੀ, ਬੇਗਮ ਬੈਠੀ ਹੈ, ਨਾਲ ਸੁਮੈਰਾ ਵੀ ਬੈਠੀ, ਅੱਬੂ ਵੀ ਬੈਠਾ, ਇਹਨਾਂ ਕੋਲ ਸਲਾਹ ਪੱਤਰਾ ਲੈਂਦੇ ਆ ਕਿ ਕੀ ਅੱਜ ਪਕਾਈਏ। ਸਭ ਤੋਂ ਪਹਿਲਾਂ ਜੀ ਸਲਾਮ ਦੁਆ। ਅਸਲਾਮ ਅਲੈਕਮ, ਕੀ ਹਾਲ ਚਾਲ ਸਰ ਬਣ ਭਾਈਆਂ ਨੇ? ਬਸ ਕੀ ਹੋ ਗਿਆ ਤੈਨੂੰ ਆਸੀਆ, ਕੀ ਬਣਿਆ? ਅੰਮੀਆ ਅਸੀਂ ਚੱਲੇ ਸੀ ਸ਼ਹਿਰ, ਅੱਜ ਮੰਮਾ ਦਲੀ ਦੀ ਸਾਲਗਿਰਾ, ਤੇ ਕੀ ਪਕਾ ਲਈਏ ਹੈਂ?
ਨਹੀਂ ਦੱਸੋ ਕੀ ਸ਼ਾ ਗਿਫਟ ਉਹ ਵੀ ਅਸੀਂ ਆਪਦੇ ਕੋਲ ਲੈ ਕੇ ਆਈਏ ਲੈ ਕੇ ਅਸੀਂ ਆਪਣੇ ਕੋਲ ਆਵੀਏ ਮੰਮਾ ਦਲੀ ਵਾਸਤੇ ਅਮੀ ਪਕਾਈਏ ਕੀ ਪਕਾਵੀਏ ਕੀ ਬਿਰਿਆਨੀ ਪਕਾ ਲਈਏ ਤੁਸੀਂ ਖਾ ਲੈ ਸੋ ਤੇ ਰੋਟੀ ਖਾਣੀ ਤੁਸੀਂ ਚਾਵਲ ਖਾਣੇ ਤੇ ਫਿਰ ਠੀਕ ਬਿਰਿਆਨੀ ਪਕਾ ਲੈਣੇ ਤੁਹਾਡੇ ਕੁਝ ਵੀ ਨੀ ਹੁੰਦਾ ਡਾਕਟਰ ਐਵੇਂ ਆਖੀ ਰੱਖਦਾ ਚੱਲ ਅੰਮੀ ਵਾਸਤੇ ਸਾਲਣ ਥੋੜਾ ਹੀ ਰੱਖ ਲੈ ਚੱਲ ਆ ਚੱਲੀਏ ਨਾ ਲੈ ਆਈ ਸਮਾਨ ਜੂਆਂ ਮਾਰਦੀਆਂ ਸਨ ਪਈਆਂ ਪਹਿਲੇ ਬਹਿ ਕੇ ਆਸਮਾ ਕਿੰਨੀਆਂ ਕੁ ਜੂਆਂ ਕਟਾ ਲਈਆਂ ਨੇ ਤੇਰਾ ਕੰਮ ਤੇ ਹਜੇ ਕਾਫੀ ਸਾਰਾ ਹੈਗਾ ਲਾਈਟਿੰਗ ਲੂਟਿੰਗ ਕਰਨ ਵਾਲਾ ਕੋਈ ਥੋੜਾ ਜਿਹਾ ਕੰਮ ਨਹੀਂ ਹੈ ਕਾਫੀ ਇਹਦੇ ਉੱਤੇ ਮਿਹਨਤ ਲੱਗਣੀ ਆ ਟਾਈਮ ਲੱਗਣਾ ਇਸ ਕਰਕੇ ਟਾਈਮ ਨਾਲ ਜਾਂਦੇ ਤੇ ਟਾਈਮ ਨਾਲ ਵਾਪਸ ਆ ਕੇ ਸੈਟਿੰਗ ਕਰਦੇ ਆ ਚੋਕਲੇਟ ਕਿੰਨੇ ਦਾ ਵੱਡਾ ਵੱਡਾ ਦਾ ਇਹਦੇ ਉੱਤੇ ਕੁਛ ਲਿਖਿਆ ਜਾਏਗਾ ਲਿਖ ਦੇ ਦੋ ਹਾਂ ਐਮ ਅਲੀ ਹਾਂਜੀ ਐਮ ਅਲੀ ਅੱਠਵੀਂ ਸਾਲ ਜਿਹੜਾ ਤਕਰੀਬਨ ਵੈਲਕਮ ਬੈਕ ਜੀ ਅਲਹਮਦੁਲਿਲਾ ਘਰ ਪਹੁੰਚ ਆਇਆ ਔਰ ਸ਼ਾਮ ਪੈ ਗਈ ਆ ਤੇ ਸਮਾਨ ਵਗੈਰਾ ਲੈ ਆਉਂਦਾ ਮੰਮਾ ਦਾ ਅਲੀ ਦਾ ਰਿਐਕਸ਼ਨ ਵੇਖੋ ਕਿਤਨਾ ਰਾਜ਼ੀ ਤੇ ਖੁਸ਼ ਬਾਤ ਹੈ ਇਹ ਕੇਕ ਹੈਗਾ ਔਰ ਬਾਕੀ ਹੈ ਸਮਾਨ ਇਹ ਬਾਅਦ ਵਿੱਚ ਅਸੀਂ ਇਨਸ਼ਾਅੱਲਾ ਵਿਖਾਉਂਦੇ ਤੁਹਾਨੂੰ ਸੰਭਾਲ ਤੇ ਰੱਖ ਲਿਆ ਉਸ ਤੋਂ ਬਾਅਦ ਇਹਨੂੰ ਇਸਤੇਮਾਲ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਮਾਸ਼ਾਅੱਲਾ ਜੀ ਅੱਜ ਮੇਰੀ ਜੀ ਸਾਲਗਿਰਾ ਸੀ ਪਾਪੇ ਨੇ ਜੇ ਨਹੀਂ ਪਰਸੂ ਜੀ ਟੁਰ ਜਾਣਾ ਗਿਆ ਬਈ ਉਹਦੇ ਫੁੱਫੋ ਹੋਰਾਂ ਲੈ ਜਾਣਾ ਗਿਆ ਉੱਥੇ ਇੱਕ ਮਹੀਨਾ ਰਹਿਣਾ ਗਿਆ ਅਤੇ ਫਿਰ ਉਹ ਸਾਖਿਆ ਗਿਆ ਤੇਰੀ ਸਾਲਗਿਰਾ ਅੱਜ ਹੀ ਕਰਾ ਦਿੰਦੇ ਹਾਂ ਫਿਰ ਸੋਚਿਆ ਕਰਾ ਦਿੰਦੇ ਹਾਂ ਉਸ ਕਰਾ ਦਿੱਤਾ ਗਿਆ ਅਤੇ ਮੁੜ ਉਹ ਸਾਖਿਆ ਉਸ ਪਕਾਨੇ ਗਿਆ ਉਹਦੇ ਪੰਜ ਪੈਟਾਕ ਉਹ ਵੀ ਹਾਂਜੀ ਅਲਹਮਦੁਲਿਲਾ ਨਮਾਜ਼ ਨਮੂਜ਼ ਪੜ੍ਹ ਲਈ ਹੈ ਔਰ ਆਸੀਆ ਬੇਗਮ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਖਾਣਾ ਖਾਣਾ ਬਣਾਉਣ ਵਾਲਾ ਅਤੇ ਬਾਕੀ ਹਾਲੇ ਤੱਕ ਕਮਰਾ ਜਿਹੜਾ ਨਾ ਉਹ ਸਜਾਉਣ ਵਾਲਾ ਪਿਆ ਹੋਇਆ ਦਾਨਿਸ਼ ਨੇ ਆਖਿਆ ਵੀ ਮੈਂ ਰਲ ਕੇ ਜਿਹੜਾ ਨਾ ਕਮਰਾ ਸਜਾਉਣਾ ਹੈ ਬਿਹਤਰੀਨ ਕਰਕੇ ਲਿਆਦਾ ਥੋੜ੍ਹਾ ਦੇਰ ਵੇਟ ਕਰੋ ਮੈਂ ਨਮਾਜ਼ ਪੜ੍ਹ ਕੇ ਆ ਰਿਹਾ ਅਤੇ ਨਮਾਜ਼ ਪੜ੍ਹਨ ਗਿਆ ਥੋੜ੍ਹੀ ਦੇਰ ਉਹਦੇ ਨਾਲ ਵੇਟ ਕਰਨਾ ਉਸ ਤੋਂ ਬਾਅਦ ਕਮਰਾ ਸਜਾਵਾਂਗੇ ਔਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਅੱਜ ਜਿਹੜਾ ਨਾ ਸਬਸਕ੍ਰਾਈਬ ਜ਼ਰੂਰ ਕਰਨਾ ਮਿਹਰਬਾਨੀ ਕਰਨਾ ਲਾਈਕ ਵੀ ਕਰ ਹਾਂਜੀ ਮਿਰਚਾਂ ਦੀ ਰਗੜਾਈ ਹੋ ਰਹੀ ਹੈ ਪਿਆ ਵਿੱਚ ਉਹ ਦੂਸਰਾ ਹੋਰ ਕੀ ਪਾਏ ਵਿੱਚ ਟਮਾਟਰ ਵੀ ਪਾਈ ਜਾਂਦੀ ਟਮਾਟਰ ਤਾਂ ਨਹੀਂ ਕੁਤਰੀ ਰਿਹਾ ਸੀ ਕੁਤਰੀ ਦੇ ਨੇ ਥੋੜ੍ਹੀ
ਕੋਈ ਨਹੀਂ ਹੁੰਦੀ ਜ਼ਿਆਦਾ। ਸਬਜ਼ ਮਿਰਚ ਪਾਣੀ ਆ? ਸਬਜ਼ ਪਾ ਲਈਓ ਬਸ। ਚਲ ਬਸ ਕਰ ਫਿਰ, ਕੋ ਕਮੀ ਪੇਸ਼ੀ ਹੋਵੇ ਨਾ ਉਹ ਕਰ ਲੈ। ਗੋਸ਼ਟ ਵੱਡਾ ਨੀ ਆ, ਛੋਟਾ ਕਰ ਲੈਣਾ। ਚੱਲ ਖੈਰ, ਬਿਸਮਿਲਾ ਮੈਂ 3 ਗਿਲਾਸ ਅੱਗੇ ਪਾਣੀ ਚੋਖਾ ਹੋਣ ਪਾ ਕੇ 2 ਕਿਲੋ ਚਾਵਲਾ ਪਾਣੀ ਚੋਖਾ ਪਾਈਦਾ। ਤਿਆਰ ਹੋ ਜਾਂਦੇ ਨੇ ਥੋੜੀ ਦੇਰ ਤਾਈਂ, ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਚਾਵਲ ਤਿਆਰ ਹੋ। ਨਿਮਕ ਚੈੱਕ ਕਰੀ ਜੀ। ਬਿਸਮਿਲ੍ਲਾ ਮੇਰੇ ਚਾਵਲ ਹੋ ਗਏ ਤਿਆਰ, ਹੁਣ ਤੇ ਨਹੀਂ ਦਮ 50 ਮਿੰਟ ਹੋ ਗਏ ਬਾਟ ਲਵਾਂਗੇ। ਲਓ ਜੀ ਮਾਸ਼ਾਅੱਲਾ ਅਲਹਮਦੁਲਿਲਾ, ਲਾਈਟਿੰਗ ਵਗੈਰਾ ਕਰ ਦਿੱਤੀ ਗਈ ਹੈ, ਬੈਲੂਨ ਵਗੈਰਾ ਫੁਲਾਈ ਜਾ ਰਹੇ ਨੇ, ਸਾਰੇ ਬੱਚੇ ਤੇ ਬੜੇ ਖੁਸ਼ ਨੇ ਅੱਜ, ਬੜੇ ਐਕਸਾਈਟਡ ਨੇ। ਇੰਜ ਲੱਗਦਾ ਪਿਆ ਨਾ ਜਿਵੇਂ ਕਹਿੰਦੇ ਕਿ ਸਦੀਆਂ ਬਾਅਦ ਸਾਲ ਗਿਰਾ ਆਣੀ ਮੰਮਾ ਦਲੀ ਤੇ, ਔਰ ਗੁਬਾਰੇ ਤਕਰੀਬਨ ਜਿਹੜੇ ਨੇ ਸਾਡੇ ਖਰਾਬ ਨਿਕਲੇ ਨੇ ਵਿੱਚੋਂ, ਇਹ ਸਾਰੇ ਫਟੇ ਪਏ ਆ। ਕੁਝ ਕੁਝ ਸਹੀ ਨਿਕਲੇ, ਬਾਕੀ ਸਾਰੇ ਖਰਾਬ ਆ, ਪੁਰਾਣੇ ਨਿਕਲੇ ਆ, ਪਤਾ ਨਹੀਂ ਉਦੋਂ ਦੇਖੇ ਨਹੀਂ ਅਸੀਂ, ਤੇ ਇੰਨਾ ਸਮਝੋ ਕਿ ਵਿੱਚ ਲੋਸ ਹੋਇਆ। ਚਲੋ ਖੈਰ ਆ, ਇੱਥੇ ਹੀ ਇਹਨਾਂ ਨੇ ਸਮਝੋ ਕਿ ਇੱਕ ਵਾਰੀ ਸ਼ੌਂਕ ਪੂਰਾ ਕਰਨਾ ਤੇ ਬਾਅਦ ਸਾਰੇ ਇਹਨਾਂ ਨੇ ਫਾੜ ਦੇਣੇ ਆ। ਬਾਕੀ ਮੈਂ ਲਾਈਟਿੰਗ ਲੂਟਿੰਗ ਕੀਤੀ ਹੈ, ਮੈਂ ਕਿਹਾ ਬਿਹਤਰੀਨ ਨਿਜ਼ਾਮ ਥੋੜ੍ਹਾ ਜਿਹਾ ਬਣੇ, ਨਜ਼ਾਰਾ ਬਿਹਤਰੀਨ ਆਵੇ। ਚਾਵਲਾਂ ਨੂੰ ਹੀ ਲੱਗਦਾ ਇੱਧਰ ਦਮ ਦੁਮ ਦੇ ਛੱਡਿਆ, ਕਿਉਂ ਸੁਮੇਰਾ ਚਾਵਲਾਂ ਨੂੰ ਦਮ ਦੇ ਛੱਡਿਆ। ਸਹੀ ਹੈ, ਰੋਟੀ ਵੱਖਰੀ ਬਣਾ ਰਹੇ। ਹਾਂਜੀ ਬੇਗਮ ਸਾਹਿਬਾ ਹੋ ਗਏ ਤਿਆਰ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਵਾਹ ਜੀ ਵਾਹ, ਆਏ ਆਏ ਆਏ, ਕਿੰਨੀ ਪਿਆਰੀ ਖੁਸ਼ਬੂ ਆ ਰਹੀ ਨਾ, ਆਏ ਔਰ ਚਾਵਲ ਵੀ ਬੜੇ ਅਸੀਂ ਆਲਾ ਕੁਆਲਿਟੀ ਦੇ ਲਿਆ ਕੇ ਬਾਈ ਪਕਾਏ ਆ, ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ। ਬੇਗਮ ਥੋੜੇ ਚਾਵਲ ਤੇ ਚੈੱਕ ਕਰਾ ਕਿੱਦਾਂ ਦੇ ਬਣੇ ਆ, ਜਲਦੀ ਜਲਦੀ ਲੈ ਕੇ ਆ, ਬਸ ਥੋੜੇ ਜਿਹੇ ਐਵੇਂ ਚਮਚੀ ਡੇੜੀ, ਜ਼ਿਆਦਾ ਨਹੀਂ, ਬਸ ਚੈਕਿੰਗ ਕਰਨੇ ਆ ਫਿਰ ਬਾਅਦ ਵਿੱਚ ਖਾਂਦੇ ਆ ਰਲ ਮਿਲ ਕੇ। ਚਾਹ ਵੀ ਦਿਓ, ਹਾਂਸੀ ਜਾਨੀ ਆ, ਠੰਡੇ ਕਰਨੇ ਆ, ਠੰਡੇ ਕਰਕੇ ਖਵਿੰਦੀ ਸ਼ਾਇਦ, ਮੈਂ ਤਾਂ ਗਰਮਾ ਗਰਮ ਖਾਣਾ। ਸ
ਸਹੀ ਹੈ ਮੈਨੂੰ ਟੈਸਟ ਕਰਵਾਓ ਨੀਚੇ ਰੱਖੋ ਅੰਦਰ ਬੱਚਿਆਂ ਦਾ ਸ਼ੋਰ ਬਹੁਤ ਜ਼ਿਆਦਾ ਹੈਗਾ ਖੈਰ ਅਸੀਂ ਚਾਵਲ ਚੈੱਕ ਕਰਦੇ ਹਾਂ ਬਿਸਮਿਲ੍ਲਾ ਰਹਿਮਾਨ ਰਹੀਮ ਅੱਜ ਯਕੀਨ ਕਰੋ ਇੰਨੇ ਇੰਤਹਾਈ ਮਜ਼ੇਦਾਰ ਬਣੇ ਨਾ ਚਸ ਆ ਜਾਵੇ ਜੀ ਦੋ ਪਲੇਟਾਂ ਰੱਖਣੀਆਂ ਮੇਰੇ ਜੋਗੀਆਂ ਦੋ ਪਲੇਟਾਂ ਮੇਰੇ ਜੋਗੀਆਂ ਦੋ ਪਲੇਟਾਂ ਰੱਖਣੀਆਂ ਲਾਜ਼ਮੀ ਠੀਕ ਹੈ ਨਾ ਇੰਨੇ ਮਜ਼ੇਦਾਰ ਹਨ ਨਾ ਮਾਸ਼ਾਅੱਲਾ ਬੜੇ ਮਜ਼ੇਦਾਰ ਆ ਆ ਜਾਓ ਬਾਈ ਜਿਹਨੇ ਜਿਹਨੇ ਖਾਣੇ ਆ ਬਹੁਤ ਜ਼ਬਰਦਸਤ ਚਾਵਲ ਬਣੇ ਆ ਹਾਏ 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 ਚਸ ਆ ਗਈ ਹੈ ਕਿ ਆਉਂਦੇ ਨੇ ਪਹਿਲੇ ਪੇਟ ਪੂਜਾ ਤੇ ਫਿਰ ਕਾਮ ਦੂਜਾ ਇਸ ਕਰਕੇ ਪੇਟ ਪੂਜਾ ਪਹਿਲੇ ਕਰਨੇ ਆ ਇਹ ਚਾਵਲ ਮੇਰੇ ਲਈ ਬੇਗਮ ਪਾ ਰਹੀ ਹੈ ਬਾਕੀ ਸਾਰੀ ਟੀਮ ਜਿੰਨੀ ਕੁ ਮੈਂਬਰ ਹੈਗੀ ਸੀ ਸਾਰੇ ਸਮਝੋ ਕੇ ਖਾ ਪੀ ਬੈਠੇ ਸਾਰੇ ਖਾ ਪੀ ਬੈਠੇ ਹਾਲੇ ਵੀ ਕਾਫੀ ਸਾਰੇ ਮਾਸ਼ਾਅੱਲਾ ਪਏ ਨੇ ਇਹ ਸਾਡੇ ਸਬਸਕ੍ਰਾਈਬਰਾਂ ਵਾਸਤੇ ਨੇ ਚੈੱਕ ਕਰੋ ਬਾਈ ਜੀ ਸਾਰੇ ਬੜਾ ਭਾਈਆਂ ਵਾਸਤੇ ਹਾਂਜੀ ਇਹ ਸਾਡੇ ਸਬਸਕ੍ਰਾਈਬਰਾਂ ਵਾਸਤੇ ਨਾਲ ਕੇ ਖਾਣੇ ਚ ਬੜੀ ਬਰਕਤ ਹੈ ਇਸੇ ਕਰਕੇ ਪਏ ਹੋਏ ਆ ਦੂਰ ਹੀ ਕੋਈ ਨਹੀਂ ਨੇੜੇ ਵੀ ਆ ਜਾਵਣ ਜੀ ਬਿਸਮਿਲ੍ਲਾ ਕੋਈ ਰੌਲਾ ਨਹੀਂ ਸਾਰਿਆਂ ਦੇ ਗੱਲ ਪਾਉਣ ਇਹ ਚੁਕੋਲੀ ਲਾਇਆ ਤੈਨੂੰ ਹੋਰ ਦੇਵਾਂ ਆਸਮਾ ਰਾਣੀ ਕਿੱਥੇ ਜਾ ਰਹੀ ਹੈ ਚਾਵਲ ਦੇ ਚਾਵਲ ਦੇ ਕਿੱਥੇ ਅੜੋਸ ਪੜੋਸ ਕਿੰਨੇ ਪਲੇਟਾਂ ਕਿੰਨੇ ਘਰਾਂ ਦੀਆਂ ਨੇ ਦੋ ਘਰਾਂ ਦੀ ਤਿੰਨ ਪਲੇਟਾਂ ਅੱਛਾ ਤਿੰਨ ਘਰ ਬਣਦੇ ਹਨ ਤਿੰਨ ਘਰ ਹੀ ਨਾ ਚਲੋ ਦੇ ਆ ਚਾਵਲ ਕਾਫੀ ਸਾਰੇ ਹੈਗੇ ਸੀ ਮੈਂ ਖੜੋਸੀਆਂ ਪੜੋਸੀਆਂ ਨੂੰ ਦੇ ਹਾਡੀਆਂ ਗਵਾਡੀਆਂ ਨੂੰ ਹੀ ਦੇ ਆਉਂਦੇ ਆ ਸਹੀ ਹੈ ਨਾ ਮਾਸ਼ਾਅੱਲਾ ਮਾਸ਼ਾਅੱਲਾ ਮੇਰੀ ਧੀ ਬੜੀ ਸੋਹਣੀ ਪਿਆਰੀ ਪਿਆਰੀ ਲੱਗਦੀ ਪਈ ਹੈ ਤੁਸੀਂ ਵੀ ਦੱਸਣਾ ਜੀ ਇਕਰਾ ਰਾਣੀ ਪਿਆਰੀ ਲੱਗ ਰਹੀ ਹੈ ਕਿ ਕੋਈ ਨਹੀਂ ਲੱਗਦੀ ਪਈ ਮੈਨੂੰ ਤਾਂ ਇੰਨੀ ਸੋਹਣੀ ਸੋਹਣੀ ਲੱਗਦੀ ਪਈ ਹੈ ਸੋਹਣਾ ਸੂਟ ਪਾ ਕੇ ਆਈ ਹੈ ਮਾਸ਼ਾਅੱਲਾ ਦੁਪੱਟਾ ਕਰਕੇ ਆਈ ਹੈ ਤਿਆਰ ਸ਼ਿਆਰ ਹੋ ਕੇ ਆਈ ਹੈ ਕਿੰਦੀ ਸਾਲਗਿਰਾ ਹੈ ਮੇਰੇ ਮਲਵੇਰ ਦੀ ਮਾਸ਼ਾਅੱਲਾ ਭਾਈ ਆਖੀ ਦਾ ਭਾਈ ਠੀਕ ਹੈ ਨਾ ਹਾਂਜੀ ਸਬਰ 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 ਕੀ ਗੜੀਆਂ ਰੁਕੋ ਜ਼ਰਾ ਸਬਰ ਕਰੋ ਮਾਸ਼ਾਅੱਲਾ ਜੀ ਕਿਤਨੇ ਪਿਆਰੇ ਲੱਗ ਰਹੇ ਨੇ ਕਿਊਟ ਕਿਊਟ ਜੇ ਹੈ ਦੋਨੋਂ ਮਾਂ ਬੇਟਾ ਨਾਲ ਆਸਮਾ ਬੈਠੀ ਹੈ ਅੰਮੀ ਇੱਧਰ ਬੈਠੀ ਹੈ ਅੱਬੂ ਬੈਠਾ ਅਲੀ ਮਮਾ ਤਿਆਰ ਹੈ ਜੀ ਬੰਬ ਚਲਾਉਣ ਨੂੰ ਕਲੀਆਂ ਵਾਲਾ ਭਾਈ ਸਾਹਿਬ ਵੀ ਆ ਗਿਆ ਹੈ ਤੇ ਬੁਖਾਰ ਇਹਨਾਂ ਨੂੰ ਇਹ ਅਨਾਰ ਜੇ ਤੂੰ ਉੱਤੇ ਲਾਵੋ ਹਾਂ ਇਹ ਦੂਸਰੇ ਰੋਕ ਲਾਣੇ ਕੀ ਕਰਨਾ ਇੰਜ ਲਾਣੇ ਨੇ ਔਰ ਇਹ ਚੈੱਕ ਕਰੋ ਬਾਈ ਜੀ ਕਿ ਕੇਕ ਹੈਗਾ ਥੋੜਾ ਜਿਹਾ ਖਰਾਬ ਹੋ ਗਿਆ ਲੇਕਿਨ ਕੋਈ ਗੱਲ ਨੀ ਔਰ ਮੰਮਾ ਦਲੀ ਇਸ ਤਰ੍ਹਾਂ ਲਾਣੇ ਨੇ ਚਾਰ ਚ ਫੇਰੇ ਇੱਕ ਇੱਥੇ ਲਾ ਦੇ ਤੇ ਇੱਕ ਇੱਥੇ ਲਾ ਦੇ ਠੀਕ ਆ ਹੁਣ ਲਿਆ ਹੁਣ ਲਿਆ ਮੈਂ ਹੁਣ ਚਲਾਉਣ ਲੱਗਾ ਜ਼ਰਾ ਤੇ ਤੁਸੀਂ ਦਿਲ ਥਾਮ ਕੇ ਜ਼ਰਾ ਖਤਮ ਵੀ ਹੋ ਗਈ ਉਹ ਸਾਰਾ ਉੱਤੇ ਪੈਂਦਾ ਇਹ ਉੱਤੇ ਪੈਂਦਾ ਉੱਤੋਂ ਲਾ ਲਓ ਇਹ ਖਰਾਬ ਹੋ ਜਾਏਗਾ ਹਾਂ ਉਤਾਰ ਲਓ ਇਹ ਤੇ ਵੈਸੇ ਚਲਾਣੇ ਤੇ ਚਲਾ ਇੰਜ ਕਰ ਖਤਮ ਚੱਲ ਇਹ ਬਾਅਦ ਚਲਾ ਲੈਣਾ ਇਹ ਖਰਾਬ ਕਰੇਗਾ ਕੇਕ ਕੋਲ ਰੱਖ ਲਓ ਠੀਕ ਹੈ ਔਰ ਅੱਠਵੀਂ ਸਾਲ ਗਿਰਾ ਚਲੋ ਜੀ ਫੂਕਾ ਮਾਰੋ ਪਹਿਲੇ
ਮੁਹੰਮਦ ਅਲੀ। ਚਲਾ ਹੁਣ ਬੱਬ ਤੇਰਾ ਨੀ ਚੱਲਦਾ ਦੂਸਰੀ ਫਰੰਟ ਤੇ ਆ, ਬਾਬਲੀ ਚੱਲਦੇ ਹੋ ਸਾਰੀਆਂ ਕਲੀਆਂ ਥੱਲੇ ਸਾਟ ਗਿਆ ਹੈ। ਚਲਾ ਘੁਮਾ ਇਹਨੂੰ, ਰੋਟੇਟ ਕਰ, ਹਾਂ ਰੋਟੇਟ ਕਰ। ਹੁਣ ਪਤਾ ਚੱਲਿਆ ਸਾਰੀਆਂ ਕਲੀਆਂ ਉੱਤੇ ਸੇੜ ਦਿੱਤੀਆਂ, ਫੂਕੇ ਮਾਰੋ ਹੁਣ, ਕਲੀਆਂ ਹੀ ਖਾ ਲਿਆ ਜੇ ਹੁਣ। ਹਾਂਜੀ ਹੈਪੀ ਬਰਥਡੇ ਮੁਹੰਮਦ ਅਲੀ, ਥੈਂਕ ਯੂ, ਥੈਂਕ ਯੂ ਨੀ ਥੈਂਕ ਯੂ। ਹੁਣ ਸਾਰਿਆਂ ਨੂੰ ਕੇਕ ਕੱਟ ਕੇ ਖਿਲਾ, ਆਸਿਆ ਚਮਚੀ ਲੈ ਲੈ, ਚਮਚ ਲੈ ਲੈ, ਚਮਚ ਲੈ ਲੋ, ਛੋਟਾ ਛੋਟਾ ਕੱਟਣਾ ਮੰਮਾ ਦੇ ਲਈ, ਤੂੰ ਤਾਂ ਵੱਡਾ ਸਾਰਾ ਕੱਟ ਲਿਆ, ਥੋੜਾ ਥੋੜਾ ਖਿਲਾ। ਤਾੜੀਆਂ ਵਜਾਣ ਵਾਲੇ ਹੁਣ ਚੁੱਪ ਹੋ ਗਏ, ਸਾਰਿਆਂ ਨੂੰ ਖਿਲਾਓ ਨਾ, ਪਾਪੇ ਨੂੰ ਕੋਈ ਨੀ ਖਿਲਾਇਆ, ਐਸ ਨੂੰ ਮੈਂ ਖਾ ਲਿਆ। ਹੁਣ ਉੱਤੋਂ ਮੋਮਬੱਤੀ ਲਾ ਲੋ, ਮੋਮਬੱਤੀ ਉਤਾਰ ਲੋ, ਹੁਣ ਪੰਖਾ ਵੀ ਚਲਾ ਦਿਓ, ਕਿਉਂਕਿ ਪੰਖਾ ਅਸੀਂ ਆਫ ਕੀਤਾ ਸੀ, ਆ ਲਾਈਟ ਦੂਸਰੇ ਚਲਾਉਣ ਦੀ ਵਜ੍ਹਾ ਤੋਂ ਪੰਖਾ ਚਲਾ ਦੇ, ਹੋਵੇ ਕਿੰਨੀਆਂ ਕਲੀਆਂ ਉੱਤੇ ਲੱਗ ਗਈਆਂ। ਸਾਲ ਬਾਅਦ ਜੀ ਅਲਹਮਦੁਲਿਲਾ ਖੁਸ਼ੀ ਆਉਂਦੀ ਆ, ਤੇ ਵੈਸੇ ਇੱਕ ਸੋਚਿਆ ਜਾਵੇ ਤੇ ਇੱਕ ਸਾਲ ਜ਼ਿੰਦਗੀ ਦਾ ਘਟਦਾ ਹੈ, ਹੈ ਮੰਮਾ ਦਾ ਲਈ ਹੈ, ਪਰ ਇਹਨੂੰ ਯਕੀਨ ਕਰੋ ਇੰਨੀ ਅਬੂ ਸੌੜ ਆਉਂਦੀ ਹੈ ਨਾ, 2 ਮਹੀਨੇ ਹੋ ਗਏ ਬਈ ਆਂਦਾ ਮੇਰੀ, ਕਿੰਨੇ ਸਾਲ ਹੋ ਗਏ ਸਾਲ ਗਿਰਾ ਨਹੀਂ ਕੀਤੀ, ਹੈ ਮੰਮਾ ਦਾ ਲਈ, ਮੰਮਾ ਦਾ ਲਈ ਹੁਣ ਖੁਸ਼, ਪਰ ਗਿਫਟ ਕਿਸੇ ਵੀ ਕੋਈ ਨੀ ਦਿੱਤਾ, ਦੱਸਿਆ ਸੀ ਮੈਂ, ਦੱਸਿਆ ਸੀ ਬੱਚੀ ਨੂੰ ਦੱਸਿਆ, ਮੈਂ ਜਦੋਂ ਜਾਵਣ ਲੱਗਾ ਨਾ, ਜਦੋਂ ਮੈਂ ਜਾਣ ਲੱਗਾ ਸ਼ਹਿਰ, ਮੈਂ ਉਸ ਟਾਈਮ ਦੱਸਿਆ ਗਿਆ, ਮੈਂ ਦੱਸਿਆ ਆਮਨਾ ਨੂੰ, ਦੱਸਿਆ ਆਮਨਾ, ਆਮਨਾ ਤੈਨੂੰ ਦੱਸਿਆ ਸੀ, ਕੋਈ ਨਾ ਦੱਸਿਆ ਸੀ, ਦੱਸਿਆ ਸੀ ਨਾ, ਚਲੋ ਉਤਾਰ ਰਿਹਾ ਇਹ ਕਦੇ ਉਤਾਰ ਰਿਹਾ, ਕੋਈ ਗੱਲ ਨੀ, ਕੋਈ ਗੱਲ ਨੀ, ਮੰਮਾ ਦਾ ਲਈ ਸਾਡਾ ਗਿਫਟ ਹੈ ਤੇ ਅਸੀਂ ਇਹਦੇ ਗਿਫਟ ਹੈ, ਮੰਮਾ ਦਾ ਲਈ ਬਸ ਗੱਲ ਤੇ ਆਇਆ ਨਾ, ਅੱਲਾ ਜ਼ਾਤ ਪਾ ਕੇ ਨੂੰ ਨੇਕ ਬਣਾਵੇ ਤੇ ਲੰਬੀ ਜ਼ਿੰਦਗੀ ਕਰੇ, ਬਸ ਦੋਨੋਂ ਮਾਂ ਬੇਟੇ ਨੇ ਇੱਕੋ ਜਿਹੇ ਕੱਪੜੇ ਪਾਏ, ਹੈ ਮੰਮਾ ਦਾ ਲਈ, ਚਮਚਿਆਂ ਨਾਲ ਵੇਖ ਖਾਈ ਜਾਂਦਾ, ਖਾਈ ਜਾਂਦਾ, ਮੇਰੇ ਲਈ ਤਾਂ ਰੱਖਿਆ ਹੀ ਕੋਈ ਨੀ ਕੇਕ, ਹੈ ਹੈ ਮੰਮਾ ਦਾ ਲਈ, ਮੰਮਾ ਦਾ ਲਈ ਖਾਸ ਪੈਗਾਮ। ਹਾਂਜੀ ਅੱਬੂ ਦੇਖੋ ਨਾ,
ਬਈ ਸਾਰੇ ਸਲੂਕ ਨਾਲ ਇਕੱਠੇ ਬੈਠੇ ਹੋ, ਕਿੱਡੇ ਸੋਹਣੇ ਪੈ ਲੱਗਦੇ ਚਸ ਬਣੀ ਖੜੀ ਹੈ ਤੇ ਜੇ ਇੱਕ ਦੂਜੇ ਨੂੰ ਲਿਚਰੋ ਲਿਚਰੀ ਹੋਏ ਤੇ ਜੀ ਆਦੇ ਦੱਬਾ ਦਿੱਤੀ ਹੈ ਤਾਂ ਉਹ ਫਾਇਦਾ ਵੀ ਹੈ। ਇੱਕ ਥਾਂ ਤੇ ਰਹੋ ਤੇ ਸਲੂਕ ਨਾਲ ਰਹੋ, ਤੁਹਾਡੇ ਕੋਲ ਇਨਸ਼ਾਅੱਲਾ ਕੋਈ ਸ਼ਾਇਦ ਸਾਰਿਆਂ ਕੋਲ ਨਹੀਂ ਹੁੰਦਾ। ਅਮਨ ਦਾ ਪੈਗਾਮ ਅੱਬੂ ਹੋਰੀ ਦੇ ਗਏ ਨੇ ਜੀ, ਮੈਂ ਇਸ ਗੱਲ ਵਿੱਚ ਬੜਾ ਖੁਸ਼ ਹਾਂ। ਮੋਬਾਈਲ ਸਾਡੇ ਦੀ ਬੈਟਰੀ ਵੀ ਤਕਰੀਬਨ ਲੋ ਹੋਈ ਖੜੀ ਆ, ਔਰ ਵਲੌਗ ਦਾ ਵੀ ਇੱਥੇ ਹੀ ਐਂਡ ਕਰਨੇ ਆ। ਬਾਕੀ ਇਹ ਵਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਾ ਆਪਣੀ ਕਮੈਂਟ ਕਰਕੇ ਰਾਏ ਤੁਸੀਂ ਜ਼ਰੂਰ ਦੇਣੀ ਆ, ਅਤੇ ਬਾਕੀ ਦੁਆ ਕਰ ਸਕਦੇ ਹਾਂ ਅੱਲਾ ਪਾਕ ਮੁਹੰਮਦ ਅਲੀ ਨੇਕ ਬਣਾਵੇ, ਅਤੇ ਦੀਨ ਦੀ ਤਲੀਮ ਅੱਲਾ ਜ਼ਾਤ ਪਾਕ ਇਹਦੇ ਜ਼ੇਹਨ 'ਚ ਪਾਵੇ, ਅਤੇ ਦੁਨੀਆ ਦੀ ਤਲੀਮ ਵੀ, ਅਤੇ ਰੱਬ ਦੀ ਜ਼ਾਤ ਪਾਕ ਇਹਦੀ ਲੰਬੀ ਉਮਰ ਕਰੇ। ਤੁਸੀਂ ਆਮੀਨ ਕਹਿ ਦਿਓ, ਔਰ ਮੁਹੰਮਦ ਅਲੀ ਵਾਸਤੇ ਢੇਰ ਸਾਰੀਆਂ ਤੁਸੀਂ ਦੁਆਵਾਂ ਕਰਨੀਆਂ, ਬੜੀ ਮਿਹਰਬਾਨੀ। ਜਜ਼ਾਕ ਅੱਲਾ, ਅੱਲਾ ਪਾਕ ਤੁਹਾਨੂੰ ਸਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ, ਆਪਣੀ ਜ਼ਮਾਨ 'ਚ ਰੱਖੇ, ਬਿਮਾਰੀਆਂ ਤੋਂ ਮਹਫੂਜ਼ ਰੱਖੇ। ਅੱਲਾ ਪਾਕ ਤੁਹਾਡੇ ਰਿਜ਼ਕ 'ਚ ਮਜ਼ੀਦ ਮਜ਼ੀਦ ਅੱਲਾ ਪਾਕ ਜ਼ਿਆਦਾ ਜ਼ਿਆਦਾ ਸਮਝੋ ਕਿ ਬਰਕਤ ਪਾਵੇ। ਆਮੀਨ ਸੁਮਾ ਆਮੀਨ। ਇਨਸ਼ਾਅੱਲਾ ਅਗਲੇ ਵਲੌਗ 'ਚ ਹੁੰਦੀ ਮੁਲਾਕਾਤ। ਅੱਬੂ ਹੋਰਾਂ ਦਾ ਵੀ ਪੈਗਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਵੀ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਆ। ਦਿਓ ਇਜਾਜ਼ਤ, ਖੁਦਾ ਹਾਫਿਜ਼, ਅੱਲਾ ਨਿਗਹਿਬਾਨ, ਅੱਲਾ ਸੋਹਣੇ ਦੇ ਹਵਾਲੇ।